इनी धुप आ ना टेंट आ कुछ भी नहीं आ पर फिर भी असि खुदा दी हयूरी दे विच इन्ना लंबा समा खड़े हुए आ। मैं सोल खुदा दा धन्नवाद खुदा दा शुक्र करदा आ ते मैनू अपने प्रभु दे उत्ते विश्वास है। अज जिहड़ी आराधना जो आपां असि अपने शब्दां दे उत्ते खड़े हो के कीती आ इसका प्रतिफल जरूर खुदा जिहड़ा सानू देवेगा। विश्वास करने वाले बोल दो आमीन। क्योंकि बाइबल दे विच लिखिया मेरे घर विच कीती मेहनत कोई भी व्यर्थ नहीं जांदी। ये खुदा की मेहनत कीती सी अगर दुत्ते खलो के आपां धुप दे विच खलो के खुदा की आराधना खुदा की स्तुति नहीं कीती। जेकर उंज सानू कहोगे कि दो मिनट लई तू धुप्पे जा तां असीं ना कर दवांगे पर अज असीं प्रभु दे लई जे प्रभु ने प्यार करता है जे प्रभु यीशु मसीह ने सानू प्यार किया अज असीं भी खुदा नूं दस दिता कि खुदा असीं तेरे लई अब्राहम नूं कहा गया कि तू मैनूं प्यार करदा तां की त्याग सकदा है। असीं जेकर पहुंचे कहीए धुप्पे आओ तो धुप्पे असीं नवांगे पर असीं खुदा दे लई आपां सब कुछ करन लई आपां की है खुदा दे लई आपां सब कुछ करन लई आपां की है तैयार आ। जे दो घंटे होर आराधना लंबी भी हो जाए तो कोई हर्ज नहीं है क्योंकि जे खुदा ने साडे लई इन्ना कीता आ असीं भी खुदा दे लई होर कुछ नहीं सिर्फ धुप्पे खलोगे असीं खुदा दा धन्नवाद ते खुदा दा शुक्र करें। हालेलुया हालेलुया मेरी शामिल हुए
ਗੁੱਡ ਫ੍ਰਾਈਡੇ ਦੀ ਮੀਟਿੰਗ ਵਿੱਚ ਆਪਾਂ ਸ਼ਾਮਿਲ ਹੋਏ। ਹਰ ਇੱਕ ਵਿਅਕਤੀ ਜੋ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਦਾ ਹੈ, ਜਿਹਨੇ ਆਪਣੀ ਜ਼ਿੰਦਗੀ ਪ੍ਰਭੂ ਯੇਸ਼ੂ ਮਸੀਹ ਨੂੰ ਦਿੱਤੀ ਹੋਈ ਹੈ, ਉਹਦੇ ਲਈ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ, ਇਸ ਇਬਾਦਤ ਵਿੱਚ ਸ਼ਾਮਿਲ ਹੋਣਾ ਉਹਦੇ ਲਈ ਇੱਕ ਬੜਾ ਖਾਸ ਦਿਨ ਹੈ। ਕਿਉਂਕਿ ਅਸੀਂ 15 ਦਿਨ ਮਨਾਉਂਦੇ ਨਾ, 15 ਅਗਸਤ ਉਦਣ ਕੀ ਹੋਇਆ, ਅੱਜ ਉਦਣ ਭਾਰਤ ਆਜ਼ਾਦ ਹੋਇਆ, ਪਰ ਅੱਜ ਦੇ ਦਿਨ ਵਿਚਾਰੇ ਇੱਕ ਵਿਅਕਤੀ ਜਿਹਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਉਹ ਆਪਣੇ ਪਾਪਾਂ ਤੋਂ ਆਜ਼ਾਦ ਹੋਇਆ ਅੱਜ ਦੇ ਦਿਨ। ਹਾਲੇਲੂਯਾ। ਲੋਕ 15 ਅਗਸਤ ਇਸ ਲਈ ਮਨਾਉਂਦੇ ਕਿ ਭਾਰਤ ਆਜ਼ਾਦ ਹੋ ਗਿਆ, ਸਾਡਾ ਮੁਲਕ ਆਜ਼ਾਦ ਹੋ ਗਿਆ, ਅੱਜ ਅਸੀਂ ਗੁੱਡ ਫ੍ਰਾਈਡੇ ਇਸ ਲਈ ਮਨਾ ਰਹੇ ਹਾਂ। ਹਰ ਇੱਕ ਵਿਸ਼ਵਾਸੀ, ਹਰ ਇੱਕ ਇਮਾਨਦਾਰ, ਹਰ ਇੱਕ ਬੰਦਾ ਜਿਹੜਾ ਪ੍ਰਭੂ ਉੱਤੇ ਵਿਸ਼ਵਾਸ ਕੀਤਾ, ਮੰਨ ਲਿਆ ਕਿ ਯੇਸ਼ੂ ਮਸੀਹ ਮੇਰੇ ਗੁਨਾਹਾਂ ਲਈ ਆਇਆ, ਮੰਨ ਲਿਆ ਯੇਸ਼ੂ ਮਸੀਹ ਮੇਰੇ ਲਈ ਇਸ ਧਰਤੀ ਉੱਤੇ ਆਇਆ, ਅੱਜ ਦੇ ਉਹਦੇ ਲਈ ਛੁਟਕਾਰੇ ਦਾ, ਅੱਜ ਚਾਬੀ ਦਾ, ਅੱਜ ਦਾ ਪਿਆਰੇ ਹਾਲੇਲੂਯਾ। ਕਹਿੰਦੇ ਜੇ ਯਾਦ ਨਾ ਹੁੰਦੇ ਤੇ ਸਾਡਾ ਕੀ ਹਾਲ ਹੋਣਾ ਸੀ, ਅਸੀਂ ਅੰਗਰੇਜ਼ਾਂ ਦੇ ਹੱਥ ਵਿੱਚ ਰਹਿਣਾ ਸੀ। ਇਸੇ ਤਰ੍ਹਾਂ ਦੇ ਨਾਲ ਜੇ ਯੇਸ਼ੂ ਮਸੀਹ ਨਾ ਆਉਂਦਾ ਤੇ ਅਸੀਂ ਪਾਪ ਦੇ ਹੱਥ ਵਿੱਚ ਰਹਿਣਾ ਸੀ, ਅਸੀਂ ਗੁਲਾਮੀ ਦੇ ਹੱਥ ਵਿੱਚ ਰਹਿਣਾ ਸੀ, ਬੰਦਿਆਂ ਦੇ ਹੱਥ ਵਿੱਚ ਰਹਿਣਾ ਸੀ, ਦੁੱਖਾਂ ਤਕਲੀਫਾਂ ਦੇ ਹੱਥ ਵਿੱਚ। ਫ੍ਰਾਈਡੇ ਕਿਉਂ ਮਨਾ ਰਹੇ ਹਾਂ? ਕਿਉਂਕਿ ਅੱਜ ਦੇ ਦਿਨ ਇੱਕ ਵਿਸ਼ਵਾਸੀ ਆਜ਼ਾਦ ਹੋਇਆ ਹੈ, ਅੱਜ ਦੇ ਦਿਨ ਮੈਂ ਤੇ ਤੁਸੀਂ ਆਜ਼ਾਦ ਹੋਏ ਆ, ਅੱਜ ਦੇ ਦਿਨ ਮੇਰਾ ਘਰਾਣਾ ਆਜ਼ਾਦ ਹੋਇਆ, ਅੱਜ ਦੇ ਦਿਨ ਮੇਰੇ ਘਰ ਦੇ ਚੀ ਆਜ਼ਾਦ ਹੋਏ ਆ, ਅੱਜ ਦੇ ਦਿਨ ਮੇਰੇ ਘਰ ਦੇ ਵਿੱਚ ਬਰਕਤ, ਮੇਰੀਆਂ ਜ਼ਿੰਦਗੀਆਂ ਦੇ ਵਿੱਚ ਬਰਕਤਾਂ ਆਣੀਆਂ ਕੀ ਹੋ ਗਈਆਂ, ਸ਼ੁਰੂ ਹੋ ਗਈਆਂ ਸੀ। ਹਾਲੇਲੂਯਾ। ਜੋ ਅੱਜ ਆਸ਼ੀਸ਼ਾਂ ਦੇ ਰਹੇ ਆ, ਜੋ ਅੱਜ ਬਰਕਤਾਂ ਦੇ ਰਹੇ ਆ, ਜੋ ਅੱਜ ਛੁਟਕਾਰਾ ਅਸੀਂ ਆਪਣੀ ਲਾਈਫ ਦੇ ਵਿੱਚ ਦੇਖ ਰਹੇ ਹਾਂ, ਉਹ ਸਾਰਾ ਗੁੱਡ ਫ੍ਰਾਈਡੇ ਤੋਂ ਸਟਾਰਟ ਹੋਇਆ ਆ। ਉਹ ਸਭ ਕੀ ਆ, ਗੁੱਡ ਫ੍ਰਾਈਡੇ ਤੋਂ ਕੀ ਹੋਇਆ, ਸਟਾਰਟ ਹੋਇਆ। ਤੇ ਥੋੜਾ ਸਮਾਂ ਅਸੀਂ ਗੁੱਡ ਫ੍ਰਾਈਡੇ ਦੇ ਉੱਤੇ ਆਪਾਂ ਵਚਨ ਨੂੰ ਆਪਾਂ ਦੇਖਦੇ ਹਾਂ ਕਿ ਗੁੱਡ ਗੁੱਡ ਦਾ ਮਤਲਬ ਕੀ, ਚੰਗਾ ਗੁੱਡ ਦਾ ਮਤਲਬ ਕੀ, ਚੰਗਾ ਗੁੱਡ ਫ੍ਰਾਈਡੇ ਯਾਨੀ ਕਿ ਸ਼ੁੱਕਰਵਾਰ ਚੰਗਾ ਆ, ਸ਼ੁੱਕਰਵਾਰ ਕੀ ਆ, ਚੰਗਾ ਆ। ਪਰ ਜੇ ਦੂਜੇ ਪਾਸੇ ਵੇਖੀਏ, ਅੱਜ ਦੇ ਦਿਨ ਪ੍ਰਭੂ ਯੇਸ਼ੂ ਮਸੀਹ ਨੂੰ ਕੀ ਕੀਤਾ ਗਿਆ, ਕੀ ਚੰਗਾ ਆ। ਇੱਕ ਪਾਸੇ ਇੱਕ ਵਿਅਕਤੀ ਸਲੀਬ ਦੇ ਉੱਤੇ ਜਾਨ ਦੇ ਰਿਹਾ ਆ, ਤੇ ਦੂਜੇ ਪਾਸੇ ਅਸੀਂ ਕੀ ਕਹਿ ਰਹੇ ਆ, ਗੁੱਡ ਫ੍ਰਾਈਡੇ ਆ। ਇੱਕ ਦਿਨ ਇੱਕ ਵਿਅਕਤੀ ਨੂੰ ਅੱਜ ਦੇ ਦਿਨ ਕੋਰਿਆਂ ਦੀ ਮਾਰ ਪੈ ਰਹੀ ਆ, ਕੰਡਿਆਂ ਦਾ ਤਾਜ ਦਿਖਾਇਆ ਜਾ ਰਿਹਾ, ਥੁੱਕਿਆ ਜਾ ਰਿਹਾ, ਫਸਲੀ ਦੇ ਵਿੱਚ ਨੇਜਾ ਮਾਰਿਆ ਜਾ ਰਿਹਾ, ਕਈ ਤਰ੍ਹਾਂ ਦੇ ਲੋਕ ਜਿਹੜੇ ਆ ਉਹਨਾਂ ਗੱਲਾਂ ਬਾਤਾਂ ਕਰ ਰਿਹਾ, ਛੇੜਾਂ ਮਾਰੀਆਂ ਜਾ ਰਹੀਆਂ, ਫਸਲੀ ਤੇ ਨੇਜਾ ਮਾਰਿਆ ਜਾ ਰਿਹਾ, ਹੋਰ ਕਈ ਤਰ੍ਹਾਂ ਦੀਆਂ ਗੱਲਾਂ ਦੇ ਕੱਪੜੇ ਜਿਹੜੇ ਪਾੜੇ ਜਾ ਰਹੇ ਆ, ਤੇ ਅਸੀਂ ਮੈਂ ਤੇ ਤੁਸੀਂ ਕੀ ਮਨਾ ਰਹੇ ਆ, ਗੁੱਡ ਯੇਸ਼ੂ ਮਸੀਹ ਦੇ ਨਾਲ ਹੀ ਨਾ ਕੁਛ ਹੋ ਰਿਹਾ, ਚਪੇੜਾਂ ਵੱਜ ਰਹੀਆਂ, ਸਾਰਾ ਕੁਛ ਯੇਸ਼ੂ ਮਸੀਹ ਦੇ ਨਾਲ ਇੰਨਾ ਮਾੜਾ ਸਲੂਕ ਹੋ ਰਿਹਾ, ਮਾੜਾ ਵਰਤਾਵ ਜਿਹੜਾ ਹੋ ਰਿਹਾ, ਤੇ ਮੈਂ ਤੇ ਤੁਸੀਂ ਗੁੱਡ ਫ੍ਰਾਈਡੇ ਵਿੱਚ ਕੀ ਹੋਏ ਪਏ ਆ, ਬੋਲੋ, ਮੈਂ ਤੇ ਤੁਸੀਂ ਗੁੱਡ ਫ੍ਰਾਈਡੇ ਵਿੱਚ ਕੀ ਹੋਏ ਪਏ ਆ, ਸ਼ਾਮਿਲ ਹੋਏ ਪਏ ਆ। ਪਰ ਇਹ ਬਾਈਬਲ ਦੇ ਵਿੱਚ ਲਿਖਿਆ ਆ ਕਿ ਇਹ ਇੱਦਾਂ ਹੋਣਾ ਹੀ ਸੀ, ਇਹ ਇੱਦਾਂ ਹੋਣਾ ਹੀ ਸੀ, ਕਿਉਂਕਿ ਪ੍ਰਭੂ ਯੇਸ਼ੂ ਮਸੀਹ ਆਇਆ ਇਸ ਮਕਸਦ ਲਈ ਸੀ। ਬਾਈਬਲ ਵਿੱਚ ਲਿਖਿਆ ਉਹਦੇ ਆਉਣ ਦਾ ਕੋਈ ਮਕਸਦ, ਪ੍ਰਭੂ ਯੇਸ਼ੂ ਮਸੀਹ ਦੇ ਧਰਤੀ ਦੇ ਉੱਤੇ ਜਨਮ ਲੈਣ ਦਾ ਇੱਕੋ ਹੀ ਮਕਸਦ ਆ, ਉਹਨੇ ਸਾਡੇ ਕੰਮ ਚੁੱਕੇ ਆ ਜਾਂ ਨਾ ਚੁੱਕੇ ਜਾਂ ਨਹੀਂ, ਹੱਥ ਹਿਲਾਉਣਾ ਚੁੱਕੇ ਜਾਂ ਨਹੀਂ, ਯੇਸ਼ੂ ਮਸੀਹ ਨੇ ਸਾਡੇ ਕੰਮ ਚੁੱਕੇ, ਆਪਣੇ ਉੱਪਰ ਲੈ ਲਏ ਸਾਡੇ ਦੁੱਖ, ਸਾਡੀਆਂ ਤਕਲੀਫਾਂ, ਸਾਡੀਆਂ ਬਿਮਾਰੀਆਂ ਜਿਹੜੀਆਂ ਪ੍ਰਭੂ ਯੇਸ਼ੂ ਮਸੀਹ ਨੇ, ਕਿਉਂਕਿ ਕਾਰਨ ਕੀ ਕਿ ਉਹਨੇ ਕੋਈ ਪਾਪ ਕੀਤਾ, ਉਹਨੇ ਕੋਈ ਗੁਨਾਹ ਕੀਤਾ ਨਹੀਂ, ਉਹਦਾ ਅਪਰਾਧ ਇੱਕੋ ਹੀ ਆ ਕਿ ਉਹਨੇ ਮੇਰੇ ਨਾਲ ਨੇ ਤੁਹਾਡੇ ਨਾਲ ਨਹੀਂ ਕੀਤਾ, ਜਿਸ ਦੀ ਵਜ੍ਹਾ ਦੇ ਕਰਕੇ ਇਹ ਸਭ ਕੁਛ ਪ੍ਰਭੂ ਯੇਸ਼ੂ ਮਸੀਹ ਨੂੰ ਕੀ ਕਰਨਾ ਪਿਆ।
ਹੁਣ ਸਾਡੇ ਕੰਮ ਚੁੱਕਣੇ ਸਾਡੇ ਸਾਡੇ ਮੌਜ ਫੌਜ ਜਿਹੜੇ ਆ ਸਪਾਈ ਲੋਕ ਆ ਜਦੋਂ ਦੂਸਰੇ ਮੁਲਕ ਸਾਡੇ ਮੁਲਕ ਦੇ ਨਾਲ ਲੜਾਈ ਕਰਦੇ ਆ ਤਾਂ ਸਾਡੀ ਫੌਜ ਵੀ ਅੱਗੋਂ ਉਹਨਾਂ ਨੂੰ ਜਵਾਬ ਦਿੰਦੀ ਆ ਇਸ ਲਈ ਜਵਾਬ ਦਿੰਦੀ ਆ ਕਿ ਸਾਡਾ ਕਿਤੇ ਨੁਕਸਾਨ ਨਾ ਹੋ ਜਾਵੇ ਅਸੀਂ ਕਿਤੇ ਮਰ ਨਾ ਜਾਈਏ ਸਾਡਾ ਇੰਡੀਆ ਕਿਤੇ ਮਰ ਨਾ ਜਾਏ ਤੇ ਸਾਡੇ ਸਿਪਾਹੀ ਸਾਡੀ ਆਰਮੀ ਕੀ ਕਰਦੀ ਆ ਬਦਲੇ ਦੇ ਵਿੱਚ ਉਹ ਵੀ ਗੋਲੀਆਂ ਚਲਾਉਣੀਆਂ ਕੀ ਕਰ ਦਿੰਦੀਆਂ ਸ਼ੁਰੂ ਕਰ ਦਿੰਦੀਆਂ ਇਸ ਲਈ ਕਿ ਸਾਡੇ ਲੋਕਾਂ ਨੂੰ ਕੁਛ ਨਾ ਹੋਵੇ ਗੱਲ ਸਮਝਣ ਚ ਆ ਰਹੀ ਜਾਂ ਨਹੀਂ ਜਦੋਂ ਕੋਈ ਬੰਦਾ ਕੋਈ ਦੁਸ਼ਮਣ ਜਦੋਂ ਮੇਰੇ ਉੱਤੇ ਅਟੈਕ ਕਰੇ ਤੇ ਮੈਂ ਆਪਣੇ ਆਪ ਨੂੰ ਕੀ ਕਰਦਾ ਬਚਾਉਣ ਦੀ ਕੀ ਕਰਦਾ ਆ ਕਿਉਂ ਬਚਾਉਣ ਦੀ ਕੋਸ਼ਿਸ਼ ਕਰਦਾ ਕਿਤੇ ਉਹਦੇ ਅਟੈਕ ਦੇ ਨਾਲ ਕਿਤੇ ਮੈਂ ਮਾਰ ਨਾ ਜਾਵਾਂ ਬਹੁਤ ਸਾਰੇ ਅੱਛੇ ਲੋਕ ਵੀ ਆਏ ਧਰਤੀ ਦੇ ਉੱਤੇ ਜਦੋਂ ਮਰਨ ਦੀ ਵਾਰੀ ਆਈ ਤੇ ਉਹਨਾਂ ਨੇ ਆਪਣੇ ਆਪ ਨੂੰ ਛੁਪਾਉਣ ਦੀ ਕੀ ਕੀਤੀ ਹਾਂ ਜਾਂ ਨਾ ਕੀਤੀ ਜਾਂ ਨਹੀਂ ਅੱਜ ਹਸਪਤਾਲ ਕਿਉਂ ਖੋਲ੍ਹੇ ਆ ਇਸ ਲਈ ਖੋਲ੍ਹੇ ਆ ਜੇ ਕੱਲ੍ਹ ਨੂੰ ਸਾਡੇ ਹਾਲਾਤ ਇਹੋ ਜਿਹੇ ਹੋ ਜਾਣ ਹਸਪਿਟਲਾਂ ਵਿੱਚ ਜਾਈਏ ਤੇ ਅਸੀਂ ਮਰਨ ਤੋਂ ਕੀ ਹੋ ਜਾਈਏ ਪਰ ਕੋਈ ਯਿਸੂ ਮਸੀਹ ਇਦਾਂ ਆਇਆ
ਉਹ ਚੀਨ ਦਾ ਲਈ ਨਹੀਂ ਆਇਆ, ਉਹ ਮਰਨ ਦੇ ਲਈ ਆਏ ਸੀ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਇਹ ਲਿਖਿਆ ਗਿਆ ਸੀ ਯੇਸ਼ੂ ਮਸੀਹ ਦੇ ਕੋੜੇ ਖਾਣ ਦੇ ਨਾਲ, ਯੇਸ਼ੂ ਮਸੀਹ ਦੇ ਉੱਤੇ ਸਲੀਬ ਉੱਤੇ ਜਾਨ ਦੇਣ ਦੇ ਨਾਲ ਮੇਰਾ ਤੇ ਤੁਹਾਡਾ ਛੁਟਕਾਰਾ ਆਇਆ। ਉਹ ਮਾਨੇ ਨਾ ਤੁਹਾਨੂੰ ਕੋਈ ਕਦੇ ਵੀ ਆਜ਼ਾਦ ਨਹੀਂ ਸੀ ਹੋਣਾ, ਮੈਂ ਤੁਸੀਂ ਕਦੇ ਸੀ ਹੋਣਾ ਆਪਣੀ ਬਿਮਾਰੀਆਂ ਤੋਂ, ਆਪਣੇ ਦੁੱਖਾਂ ਤੋਂ। ਬਾਕੀ ਹਰ ਇੱਕ ਵਿਅਕਤੀ, ਹਰ ਇੱਕ ਲੋਕ ਉਹ ਮੌਤ ਤੋਂ ਬਚਿਆ ਆ, ਮੌਤ ਤੋਂ ਬਚਿਆ ਆ। ਪਰ ਕੋਈ ਯੇਸ਼ੂ ਮਸੀਹ ਏਦਾਂ ਦਾ ਆ ਜਿਹੜਾ ਮੌਤ ਤੋਂ ਨਹੀਂ ਬਚਿਆ, ਕਿਉਂਕਿ ਉਹਦਾ ਮਕਸਦ ਹੀ ਆ ਉਹਨੂੰ ਭੇਜਿਆ ਤੇ ਸਲੀਬ ਉੱਤੇ ਆਪਣੀ ਜਾਨ ਕੀ ਤੂੰ ਕੀ ਕਰਦਾ। ਉਹਨੂੰ ਸਲੀਬ ਉੱਤੇ ਜਾਨ ਦੇਣ ਦੇ ਨਾਲ, ਉਹਦੇ ਕੋੜੇ ਖਾਣ ਦੇ ਨਾਲ, ਉਹਦਾ ਲਹੂ ਬਹਾਉਣ ਦੇ ਨਾਲ ਅੱਜ ਮੇਰਾ ਤੇ ਤੁਹਾਡਾ ਕੀ ਹੋਇਆ, ਛੁਟਕਾਰਾ ਹੋਇਆ। ਬੋਲੋ ਹਾਲੇਲੂਇਆ, ਉੱਚੀ ਆਵਾਜ਼ ਨਾਲ ਬੋਲੋ ਹਾਲੇਲੂਇਆ। ਇਸ ਗੱਲ ਦੇ ਵਿੱਚ, ਇਸ ਗੱਲ ਨੂੰ ਜਿਹੜਾ ਧਿਆਨ ਦੇ ਨਾਲ ਸੁਣਿਓ, ਇਸ ਗੱਲ ਨੂੰ ਜਿਹੜਾ ਧਿਆਨ ਦੇ ਨਾਲ ਸੁਣਿਓ, ਬਾਈਬਲ ਦੇ ਵਿੱਚ ਲਿਖਿਆ ਕਿ ਖੁਦਾ ਨੇ ਸਾਨੂੰ ਆਪਣੀ ਸ਼ਕਲ ਦੇ ਉੱਤੇ ਬਣਾਇਆ। ਬੋਲੋ ਹਾਂ ਜਾਂ ਨਾ, ਇਹ ਗੱਲ ਦੇ ਨਾਲ ਸਹਿਮਤ ਜੇ? ਅਸੀਂ ਖੁਦਾ ਦੇ ਕੀ ਬਣੇ ਆ? ਬੋਲੋ ਬੋਲੋ, ਅਸੀਂ ਖੁਦਾ ਦੀ ਸ਼ਕਲ ਦੇ ਉੱਤੇ ਕੀ ਆ? ਬਾਈਬਲ ਵਿੱਚ ਲਿਖਿਆ, ਇੱਕ ਵੀ ਫਰਕ ਉਹਨੇ ਨਹੀਂ ਰੱਖਿਆ ਮੇਰੇ ਤੇ ਆਪਣੇ ਵਿੱਚ। ਜੇ ਖੁਦਾ ਦੀਆਂ ਦੋ ਅੱਖਾਂ ਤੋਂ ਉਹਨੇ ਸਾਨੂੰ ਵੀ ਕੀ ਆ, ਜਿੱਦਾਂ ਦਾ ਸਾਡਾ ਰੰਗ ਰੂਪ ਹੈ ਉਦਾਂ ਦਾ ਖੁਦਾ ਦਾ ਵੀ ਕੀ ਆ? ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਖੁਦਾ ਕਦੇ ਮਰਿਆ? ਤੇ ਜਿਹੜਾ ਖੁਦਾ ਦੀ ਸ਼ਕਲ ਦੇ ਉੱਤੇ ਆ ਉਹ ਕਿੱਦਾਂ ਮਰਨਗੇ? ਸਮਝਾਈ ਗੱਲ ਜਾਂ ਨਹੀਂ? ਖੁਦਾ ਨੇ ਕਿਹਾ ਮੈਂ ਤੁਹਾਨੂੰ ਆਪਣੇ ਰੂਪ ਦੇ ਉੱਤੇ ਬਣਾਇਆ ਆ, ਮੈਂ ਤੁਹਾਨੂੰ ਆਪਣੀ ਸ਼ਕਲ ਦੇ ਉੱਤੇ ਬਣਾਇਆ ਆ। ਮੈਂ ਕੋਈ ਵੀ ਤੁਹਾਨੂੰ ਬਣਾਉਣ ਲੱਗਿਆ ਕੋਈ ਵੰਡ ਨਹੀਂ ਕੀਤੀ। ਕਹਿੰਦਾ ਹਰ ਇੱਕ ਵਿਅਕਤੀ ਨੂੰ ਮੈਂ ਆਪਣੇ ਦਾ ਬਣਾਇਆ। ਤੇ ਸੋਚੋ ਕਿ ਜੇ ਖੁਦਾ ਨਹੀਂ ਕਦੇ ਮਰਿਆ ਤੇ ਮੈਂ ਤੇ ਤੁਸੀਂ ਕਿੱਦਾਂ ਮਰੋਗੇ? ਹਾਲੇਲੂਇਆ, ਯੋਜਨਾ ਤਾਲੀ ਵਜਾ ਦਿਓ, ਹਾਲੇਲੂਇਆ। ਇਹ ਗੱਲ ਨੂੰ ਯਾਦ ਰੱਖਣਾ ਆ, ਜੇ ਅਸੀਂ ਖੁਦਾ ਦੀ ਸ਼ਕਲ ਤੇ ਬਣੇ ਆ ਤੇ ਖੁਦਾ ਕਦੇ ਵੀ ਮਰਦਾ ਨਹੀਂ ਹੈ। ਉਹ ਮਰਦੇ ਹੋਣਗੇ ਜਿਹੜੇ ਖੁਦਾ ਦੀ ਸ਼ਕਲ ਦੇ ਉੱਤੇ ਨਹੀਂ ਬਣੇ। ਪਰ ਸਾਡਾ ਖੁਦਾ ਨੇ ਆਪਣੇ ਹੱਥੀ ਕੀ ਕੀਤਾ ਆ? ਜਿਹਦਾ ਆਪਣੇ ਹੱਥੀ ਆਪਣੇ ਘਰਾਂ ਨੂੰ ਤਿਆਰ ਕੀਤਾ ਸੀ, ਉਸੇ ਤਰ੍ਹਾਂ ਦੇ ਨਾਲ ਖੁਦਾ ਨੇ ਕੀ ਕੀਤਾ ਆ? ਆਪਣੇ ਹੱਥੀ ਮੈਨੂੰ ਤੇ ਤੁਹਾਨੂੰ ਕੀ ਕੀਤਾ ਆ? ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਬੰਦਾ ਆਕਸੀਜਨ ਜਿਹੜਾ ਡੁਪਲੀਕੇਟ ਸਾਹ ਲੈਂਦਾ ਆ, ਜੇ ਉਹ ਡੁਪਲੀਕੇਟ ਸਾਹ ਦੇ ਨਾਲ ਬੰਦਾ ਜੀ ਸਕਦਾ ਆ, ਤੇ ਬਾਈਬਲ ਦੇ ਵਿੱਚ ਲਿਖਿਆ ਇਨਸਾਨ ਤੇਰੇ ਵਿੱਚ ਤੇ ਮੈਂ ਆਪਣਾ ਕੀ ਪਾਇਆ ਆ, ਫਿਰ ਅਸੀਂ ਕਿਦਾਂ ਮਰ ਸਕਦੇ ਆ? ਉਹ ਡੁਪਲੀਕੇਟ ਵਾਲਾ ਮਰ ਸਕਦਾ ਹੋਵੇਗਾ ਜਿਹਨੂੰ ਡੁਪਲੀਕੇਟ ਸਾਹ ਮਿਲ ਰਿਹਾ ਆ, ਪਰ ਮੈਨੂੰ ਤੇ ਤੁਹਾਨੂੰ ਕਿਹੜਾ ਸਾਹ ਮਿਲ ਰਿਹਾ? ਪ੍ਰਭੂ ਦਾ ਸਾਹ ਮਿਲ ਰਿਹਾ ਆ। ਪਰ ਹੁਣ ਪ੍ਰੋਬਲਮ ਕੀ ਆ ਗਈ? ਪ੍ਰੋਬਲਮ ਇਹ ਆ ਗਈ ਕਿ ਜਦੋਂ ਅਸੀਂ ਖੁਦਾ ਦਾ ਹੁਕਮ ਤੋੜਨਾ ਸ਼ੁਰੂ ਕਰ ਦਿੱਤਾ ਮਰਨਾ, ਤਾਂ ਬਾਈਬਲ ਵਿੱਚ ਇਹ ਗੱਲ ਲਿਖੀ ਆ, ਖੁਦਾ ਨੇ ਇਨਸਾਨ ਨੂੰ ਮਰਨ ਲਈ ਨਹੀਂ ਬਣਾਇਆ ਕਿ ਇਨਸਾਨ ਤੂੰ ਮਰ ਜਾ ਹੀ ਮਕਸਦ ਨਹੀਂ ਆ, ਇਹ ਖੁਦਾ ਦਾ ਉਦੇਸ਼ ਨਹੀਂ ਸੀ, ਇਹ ਖੁਦਾ ਦਾ ਫੋਕਸ ਨਹੀਂ ਸੀ ਕਿ ਇਨਸਾਨ ਤੂੰ ਥੋੜਾ ਸਮਾਂ ਧਰਤੀ ਦੇ ਉੱਤੇ ਰਹਿ ਤੇ ਉਸ ਤੋਂ ਬਾਅਦ ਚ ਤੂੰ ਕੀ ਹੋ ਜਾਏਗਾ। ਜਦੋਂ ਪਾਪ ਕੀਤਾ, ਜਦੋਂ ਅਸੀਂ ਖੁਦਾ ਦੀ ਗੱਲ ਨੂੰ ਨਹੀਂ ਮੰਨਿਆ ਤੇ ਸ਼ੈਤਾਨ ਦੀ ਗੱਲ ਨੂੰ ਮੰਨਿਆ, ਬਾਈਬਲ ਦੇ ਵਿੱਚ ਲਿਖਿਆ
ਰੱਖਿਆ ਭਾਵ ਡੈਥ ਜਿਹੜੀ ਮੌਤ ਜਿਹੜੀ ਆ ਉਦੋਂ ਕੀ ਹੋਈ ਸਾਡੇ ਵਿੱਚ ਕੀ ਹੋ ਗਈ ਉਦੋਂ ਐਂਟਰ ਹੋਈ ਆ ਜੇ ਅਸੀਂ ਪਾਪ ਨਹੀਂ ਕੀਤਾ ਜੇ ਅਜੇ ਤੱਕ ਕੋਈ ਗੁਨਾਹ ਨਹੀਂ ਕੀਤਾ ਅਸੀਂ ਕਦੇ ਨਹੀਂ ਮਰੋਗੇ ਅਸੀਂ ਕਦੇ ਨਹੀਂ ਮਰਾਂਗੇ ਪਰ ਜੇ ਆਪਾਂ ਐਂਟਰ ਪਾਪ ਦੇ ਵਿੱਚ ਹੋ ਗਏ ਆ ਜੇ ਪਾਪ ਦੇ ਵਿੱਚ ਸਾਡੀ ਐਂਟਰੀ ਹੋ ਗਈ ਆ ਫਿਰ ਜ਼ਰੂਰ ਸਾਡੀ ਕੀ ਹੋ ਜਾਏਗੀ ਮੌਤ ਹੋ ਜਾਏਗੀ ਬੋਲੀ ਹਾਲੇ ਹੋਈ ਆ ਉੱਚੀ ਵਾਈ ਨਾ ਬੋਲੋ ਹਾਲੇ ਹੋਈ ਆ ਥੋੜਾ ਜਿਹਾ ਹੋਰ ਅਸੀਂ ਬਾਈਬਲ ਦੇ ਵਿੱਚੋਂ ਆਪਾਂ ਲਿਖਦੇ ਹਾਂ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਮੈਂ ਇਸ ਲਈ ਆਪਣੀ ਕੁਰਬਾਨੀ ਦਿੱਤੀ ਤਾਂ ਜੋ ਤੁਹਾਡੇ ਬਹੁਤ ਸਾਰੇ ਲੋਕਾਂ ਦਾ ਛੁਟਕਾਰਾ ਹੋ ਸਕੇ ਯਿਸੂ ਮਸੀਹ ਨੇ ਸਲੀਬ ਇਸ ਲਈ ਦਿੱਤੀ ਤਾਂ ਜੋ ਮੇਰਾ ਤੇ ਤੁਹਾਡਾ ਕੀ ਹੋ ਸਕੇ ਕੀ ਹੋ ਸਕੇ ਛੁਟਕਾਰਾ ਜਿਹੜਾ ਉਹ ਕੀ ਹੋ ਸਕੇ ਤੇ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਖੁਦਾ ਦੇ ਦਾਸਾਂ ਦੇ ਦੁਆਰਾ ਇਹ ਗੱਲ ਕਹੀ ਗਈ ਸੀ ਕਿ ਇੱਕ ਵਿਅਕਤੀ ਇੱਕ ਪ੍ਰਭੂ ਉਹ ਸੈਕਰੀਫਾਈਸ ਦੇਵੇਗਾ ਆਪਣੀ ਕੁਰਬਾਨੀ ਦੇਵੇਗਾ ਉਹਦੀ ਕੁਰਬਾਨੀ ਦੇ ਦੁਆਰਾ ਉਹਦੇ ਲਹੂ ਦੇ ਦੁਆਰਾ ਪੂਰੇ ਛੁਟਕਾਰਾ ਹੋਵੇਗਾ ਬੋਲੋ ਹਾਲੇਲੂਯਾ ਤੇ ਇਹ ਗੱਲ ਪ੍ਰਭੂ ਯਿਸੂ ਮਸੀਹ ਕਈ ਵਾਰ ਉਹਨਾਂ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਕਹੀ ਕਿ ਮੈਂ ਧਰਤੀ ਦੇ ਉੱਤੇ ਜੀਣ ਦੇ ਲਈ ਨਹੀਂ ਆਇਆ ਤੁਸੀਂ ਇਹ ਨਾ ਸੋਚਿਓ ਕਿ ਮੈਂ ਸਦਾ ਤੱਕ ਤੁਹਾਡੇ ਨਾਲ ਕੀ ਰਹਿਣਾ ਹੈ ਜੋ ਤੁਸੀਂ ਬਾਈਬਲ ਵਿੱਚ ਦੇਖ ਸਕਦੇ ਜੇ ਬਹੁਤ ਵਾਰ ਪ੍ਰਭੂ ਯਿਸੂ ਮਸੀਹ ਕਿ ਮੈਂ ਕੀ ਹੋ ਜਾਣਾ ਜੇ ਮਾਰਿਆ ਮੈਂ ਤੁਹਾਡੇ ਕੋਲ ਚਲੇ ਜਾਵਾਂਗੇ ਥੋੜਾ ਸਮਾਂ ਹੀ ਕੀ ਮੈਂ ਕੀ ਆ ਤੁਹਾਡੇ ਵਿੱਚ ਆ ਸੋ ਇਹ ਗੱਲ ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਪਤਾ ਆ ਮੈਂ ਜੀਣ ਦੇ ਲਈ ਨਹੀਂ ਆਇਆ ਮੈਂ ਮਰਨ ਦੇ ਲਈ ਕੀ ਇਸ ਲਈ ਬਾਰ ਬਾਰ ਉਹ ਗੱਲ ਜੇ ਕਰਤੀ ਤੁਹਾਨੂੰ ਇਹ ਗੱਲ ਤੁਸੀਂ ਇੱਕ ਯਾਦ ਰੱਖੋ ਜਿਹੜੀਆਂ ਗੱਲਾਂ ਖੁਦਾ ਨਬੀਆਂ ਦੇ ਦੁਆਰਾ ਕਹੀਆਂ ਜਾਂਦੀਆਂ ਆ ਜਿਹੜੀਆਂ ਗੱਲਾਂ ਦੁਆਰਾ ਕਹੀਆਂ ਜਾਂਦੀਆਂ ਪ੍ਰੋਫਟ ਦੇ ਦੁਆਰਾ ਕਹੀਆਂ ਜਾਂਦੀਆਂ ਆ ਉਹ ਸੱਚ ਹੁੰਦੀਆਂ ਨੇ ਹਾਂ ਜਾਂ ਨਾ ਹੁਣ ਇਹ ਗੱਲ ਪੁਰਾਣੇ ਨਿਯਮ ਦੇ ਵਿੱਚ ਵੀ ਸਾਨੂੰ ਦੱਸਦੀ ਆ ਕਿ ਯਿਸੂ ਮਸੀਹ ਸਲੀਬ ਉੱਤੇ ਜਾਨ ਦੇਵੇਗਾ ਉਹਦੇ ਸਲੀਬ ਉੱਤੇ ਜਾਨ ਦੇਣ ਨਾਲ ਮੇਰਾ ਤੇ ਤੁਹਾਡਾ ਕੀ ਹੋਏਗਾ ਛੁਟਕਾਰਾ ਹੋਏਗਾ ਤੋ ਇਹ ਗੱਲ ਸ਼ੈਤਾਨ ਨੂੰ ਵੀ ਪਤਾ ਆ ਕਿ ਇਹਦੇ ਸਲੀਬ ਉੱਤੇ ਜਾਨ ਦੇਣ ਦੇ ਨਾਲ ਬਹੁਤ ਸਾਰਿਆਂ ਲੋਕਾਂ ਦਾ ਕੀ ਹੋ ਜਾਣਾ ਆ ਮੈਂ ਨਾ ਬਣੇ ਰਹੀ ਕੀ ਹੋ ਜਾਣਾ ਜਵਾਨਾਂ ਵੱਲੋਂ ਕੀ ਹੋ ਜਾਣਾ ਤੇ ਜਿਸ ਲਈ ਤੇ ਹੁਣ ਇੱਕ ਕਦ ਉੱਤੇ ਸੋਚੋਗੇ ਜਿਸ ਦਿਨ ਯਿਸੂ ਮਸੀਹ ਨੇ ਧਰਤੀ ਦੇ ਉੱਤੇ ਜਨਮ ਲਿਆ ਸ਼ੈਤਾਨ ਨੇ ਆਪਣਾ ਕੰਮ ਕਰਨਾ ਕੀ ਕਰ ਦਿੱਤਾ ਸਮਝਾਈ ਗੱਲ ਜਾਂ ਨਹੀਂ ਕਿੱਦਾਂ ਉਹਨੇ ਕੀ ਕਿਹਾ ਰਾਜੇ ਦੇ ਮਨ ਦੇ ਵਿੱਚ ਇੱਦਾਂ ਦੀ ਗੱਲ ਪਾਈ ਛੋਟੇ ਬੱਚੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਕੀ ਕਰ ਦੋ ਕਿਉਂਕਿ ਯਿਸੂ ਮਸੀਹ ਨੂੰ ਪਤਾ ਸੀ ਕਿ ਮੈਂ ਆਪਣਾ ਉਦੇਸ਼ ਪੂਰਾ ਕਰਨਾ ਹੈ ਯਿਸੂ ਮਸੀਹ ਨੂੰ ਪਤਾ ਸੀ ਮੈਂ ਇਸ ਧਰਤੀ ਦੇ ਉੱਤੇ ਜੀਣ ਦੇ ਲਈ ਨਹੀਂ ਆਇਆ ਮੈਂ ਇਸ ਧਰਤੀ ਦੇ ਉੱਤੇ ਮਰਨ ਦੇ ਲਈ ਆਇਆ ਆ ਜਿਸ ਲਈ ਯਿਸੂ ਮਸੀਹ ਤੇ ਇਹ ਗੱਲ ਸ਼ੈਤਾਨ ਨੂੰ ਵੀ ਪਤਾ ਸੀ ਜਿੰਨਾ ਰੋਕਿਆ ਜਾਏ ਓਨਾ ਯਿਸੂ ਨੂੰ ਕੀ ਕਰੋ ਮੈਂ ਨਾ ਬਣੋ ਇੱਧਰ ਬਣੀ ਰਹੀ ਹੈ ਕੀ ਗੱਲ ਸ਼ੈਤਾਨ ਨੇ ਕਿਹਾ ਜਿੰਨਾ ਯਿਸੂ ਨੂੰ ਰੋਕਿਆ ਜਾਏ ਓਨਾ ਕੀ ਕਰੋ ਰੋਕੋ ਜਿਸ ਲਈ ਸ਼ੈਤਾਨ ਨੇ ਪਹਿਲੇ ਦਿਨ ਤੋਂ ਜਿਸ ਦਿਨ ਯਿਸੂ ਮਸੀਹ ਅਜੇ ਛੋਟੇ ਅਜੇ ਪੈਦਾ ਹੀ ਹੋਏ ਉਹਨੇ ਅਜਿਹੀ ਗੱਲ ਰਾਜੇ ਦੇ ਮਨ ਦੇ ਵਿੱਚ ਪਾਈ ਅਜਿਹੀ ਗੱਲ ਸਿਪਾਹੀਆਂ ਦੇ ਮਨ ਦੇ ਵਿੱਚ ਪਾਈ ਕਿ ਕਹਿ ਦਿੱਤਾ ਛੋਟੇ ਬੱਚੇ ਜਿੰਨੇ ਉਹਨਾਂ ਨੂੰ ਕੀ ਕਰਦਾ ਪਰ ਯਿਸੂ ਮਸੀਹ ਫੇਰ ਵੀ ਨਹੀਂ ਹੋ ਗਿਆ ਬੋਲੋ ਯਿਸੂ ਮਸੀਹ ਫੇਰ ਵੀ ਨਹੀਂ ਹੋ ਗਿਆ ਫਿਰ ਸ਼ੈਤਾਨ ਨੇ ਕੀ ਕੀਤਾ ਫਿਰ ਤੁਸੀਂ ਅੱਗੇ ਦੀ ਗੱਲ ਤੁਸੀਂ ਦੇਖ ਸਕਦੇ ਜੇ ਜਦੋਂ ਯਿਸੂ ਮਸੀਹ ਨੇ 40 ਦਿਨ ਦੇ ਵਰਤ ਰੱਖੇ
ਫਾਸੀ ਪ੍ਰੇਰ ਕੀਤੀ। ਸ਼ੈਤਾਨ ਉਸੇ ਵੇਲੇ ਫਿਰ ਯੇਸ਼ੂ ਮਸੀਹ ਦੇ ਕੋਲ ਗਿਆ। ਉਦੋਂ ਧਰਤੀ ਨੂੰ ਐਂਟੀ ਯੇਸ਼ੂ ਮਸੀਹ ਦੀ ਹੋਈ ਤਾਂ ਉਦੋਂ ਸ਼ੈਤਾਨ ਆ ਗਿਆ। ਹੁਣ ਜੋ ਯੇਸ਼ੂ ਮਸੀਹ ਨੇ ਸੇਵਕਾਈ ਦੇ ਵਿੱਚ ਪੈਰ ਰੱਖਣਾ ਹੈ, ਜਦੋਂ ਉਹਨੇ ਸੇਵਕਾਈ ਨੂੰ ਸ਼ੁਰੂ ਕਰਨਾ ਆ, ਸ਼ੈਤਾਨ ਨੇ ਉਦੋਂ ਵੀ ਆਪਣਾ ਕੰਮ ਕਰਨਾ ਕੀ ਕਰ ਦਿੱਤਾ, ਕਹਿੰਦਾ ਕੋਠਿਓ ਮਾਰਦੇ ਸ਼ਾਹ ਕਿਹਾ ਜਾਂ ਨਹੀਂ ਕੀ ਕਿਹਾ? ਕੋਠਿਓ ਕੀ ਮਾਰਦੇ? ਛਾਲ ਮਾਰਦੇ, ਤੇਰੇ ਸਵਰਗ ਦੂਤਾਂ ਨੇ ਤੇਰੇ ਨੂੰ ਨਹੀਂ ਕਰਨਾ। ਸ਼ੈਤਾਨ ਨੇ ਉਦੋਂ ਵੀ ਖੁਦਾ ਦੇ ਕੰਮ ਨੂੰ ਰੋਕਣ ਦੀ ਕੀਤੀ। ਯੇਸ਼ੂ ਨਾ ਸਲੀਬ ਤੱਕ ਚੜੇ, ਯੇਸ਼ੂ ਮਸੀਹ ਸਲੀਬ ਦੇ ਉੱਤੇ ਜਾਨ ਨਾ ਦੇਵੇ, ਯੇਸ਼ੂ ਮਸੀਹ ਨੂੰ ਪਤਾ, ਸ਼ੈਤਾਨ ਨੂੰ ਪਤਾ, ਜਿਹਨੇ ਯੇਸ਼ੂ ਮਸੀਹ ਸਲੀਬ ਦੇ ਉੱਤੇ ਜਾਨ ਦੇ ਦਿੱਤੀ, ਬੜੇ ਲੋਕੀ ਮੇਰੇ ਹੱਥੋਂ ਕੀ ਹੋ ਜਾਣੇ। ਅੱਜ ਅਸੀਂ ਸਭ ਸ਼ੈਤਾਨ ਦੇ ਹੱਥੋਂ ਨਿਕਲੇ ਹੋਏ। ਅੱਗੇ ਕੀ ਹੋਇਆ? ਤੂੰ ਯੇਸ਼ੂ ਮਸੀਹ ਹਰ ਵੇਲੇ ਯੇਸ਼ੂ ਮਸੀਹ ਉਹਨੇ ਉਹ ਗੱਲ ਨੂੰ ਨਹੀਂ ਭੁੱਲਿਆ। ਮੇਰਾ ਮਕਸਦ ਇਸ ਧਰਤੀ ਦੇ ਉੱਤੇ ਆਉਣਾ ਚੀਣਾ ਨਹੀਂ ਸੀ, ਮੇਰਾ ਇਸ ਧਰਤੀ ਦੇ ਉੱਤੇ ਆਉਣਾ ਮਕਸਦ ਜਿਹੜਾ ਸੀ ਉਹ ਮਰਨਾ ਸੀ, ਕਿਉਂਕਿ ਉਹਨੇ ਮਰੇ ਤੇ ਮੇਰਾ ਤੇ ਤੁਹਾਡਾ ਕੀ ਸ਼ਿਕਾਰਾ। ਪਰ ਬਾਈਬਲ ਤੁਹਾਨੂੰ ਇਹ ਗੱਲ ਦੱਸਦੀ ਆ, ਸ਼ੈਤਾਨ ਨੇ ਕਈ ਵਾਰ ਅਟੈਕ ਕਰਨ ਦੀ ਕੀਤੀ, ਸ਼ੈਤਾਨ ਨੇ ਕਈ ਵਾਰ ਪ੍ਰੋਬਲਮ ਖੜੀ ਕਰਨ ਦੀ ਕੀ ਕੋਸ਼ਿਸ਼ ਕੀਤੀ, ਸ਼ੈਤਾਨ ਨੇ ਕਈ ਵਾਰ ਮੁਸ਼ਕਲਾਂ ਖੜੀਆਂ ਕਰਨ ਦੀ ਕੀ ਕੀਤੀ ਕੋਸ਼ਿਸ਼ ਕੀਤੀ। ਪਰ ਬਾਈਬਲ ਵਿੱਚ ਲਿਖਿਆ ਯੇਸ਼ੂ ਨੂੰ ਸਿਰਫ ਆਪਣਾ ਦਿਖਾਈ ਦਿੰਦਾ, ਹੁਣ ਹੋਰ ਕੁਛ ਵੀ ਮਕਸਦ ਦਿਖਾਈ ਨਹੀਂ ਦਿੰਦਾ। ਇੱਕ ਵਾਰ ਕੀ ਹੋਇਆ, ਜਦ ਯੇਸ਼ੂ ਮਸੀਹ ਚੇਲਿਆਂ ਨੂੰ ਇਹ ਗੱਲ ਕਹਿੰਦੇ ਸੀ ਕਿ ਮੈਂ ਥੋੜੇ ਸਮੇਂ ਬਾਅਦ ਚੋਂ ਤੁਹਾਡੇ ਕੋਲ ਜੁਦਾ ਹੋ ਜਾਣਾ ਹੈ, ਬਾਈਬਲ ਵਿੱਚ ਇੱਕ ਗੱਲ ਲਿਖੀ ਆ, ਯੇਸ਼ੂ ਮਸੀਹ ਨੇ ਇੱਕ ਦਿਨ ਆਪਣੇ ਚੇਲਿਆਂ ਨੂੰ ਕਿਹਾ ਜਾਓ ਪਿੰਡਾਂ ਪਿੰਡਾਂ ਵਿੱਚ ਜਾਓ, ਲੋਕਾਂ ਦੇ ਕੋਲ ਪੁੱਛੋ ਲੋਕੀ ਤੁਹਾਨੂੰ ਕੀ ਕਹਿੰਦੇ ਮੇਰੇ ਬਾਰੇ। ਚੇਲਿਆਂ ਨੇ ਜਾਣਾ ਸ਼ੁਰੂ ਕੀਤਾ, ਜੋ ਚੇਲਿਆਂ ਨੇ ਜਾਣਾ ਸ਼ੁਰੂ ਕੀਤਾ, ਚੇਲੇ ਵਾਪਸ ਆਏ, ਰਿਪੋਰਟ ਲੈ ਕੇ ਵਾਪਸ ਆਏ, ਕਹਿੰਦਾ ਯਾਰ ਕੋਈ ਤੁਹਾਨੂੰ ਵੇਖ ਲਿਆ, ਕਹਿੰਦਾ ਕੋਈ ਤੁਹਾਨੂੰ ਕੁਛ ਕਹਿੰਦਾ, ਕੋਈ ਤੁਹਾਨੂੰ ਕੁਛ ਕਹਿੰਦਾ। ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਤੂੰ ਸਾਰਿਆਂ ਦੀ ਗੱਲ ਛੱਡ, ਉਹ ਪਿੰਡ ਦੇ ਲੋਕੀ ਕੀ ਕਹਿੰਦੇ ਆ, ਉਹ ਪਿੰਡ ਦੇ ਲੋਕੀ ਕੀ ਕਹਿੰਦੇ, ਉਹ ਪਿੰਡ ਦੇ ਲੋਕੀ ਕੀ ਕਹਿੰਦੇ। ਕਹਿੰਦਾ ਯੇਸ਼ੂ ਨੇ ਕਿਹਾ ਤੂੰ ਮੇਰੇ ਬਾਰੇ ਕੀ ਕਹਿੰਦਾ ਹੈ, ਕੀ ਕਿਹਾ ਤੂੰ ਮੇਰੇ ਬਾਰੇ, ਤੇਰੇ ਵਿਚਾਰ ਮੇਰੇ ਬਾਰੇ ਕੀ ਆ? ਕਹਿੰਦਾ ਨਾ ਤਾਂ ਮੈਂ ਇਹੀ ਆ ਕਹਿੰਦਾ ਤੁਹਾਨੂੰ, ਮੈਂ ਨਾ ਤੁਹਾਨੂੰ ਹੋਰ ਕੁਛ ਕਹਿੰਦਾ, ਜੋ ਮੈਂ ਜਾਣਿਆ, ਜੋ ਮੈਂ ਮੰਨਿਆ, ਜੋ ਮੈਂ ਆਪਣੀ ਅੱਖੀ ਦੇਖਿਆ, ਜੋ ਤੁਹਾਡੇ ਨਾਲ ਰਹਿ ਕੇ ਦੇਖਿਆ, ਇਹ ਗੱਲ ਦੇ ਉੱਤੇ ਵਿਸ਼ਵਾਸ ਕਰਦਾ ਕਿ ਤੁਸੀਂ ਖੁਦਾ ਦੇ ਪੁੱਤਰ ਏ, ਸਾਡਾ ਛੁਟਕਾਰਾ, ਸਾਡੀ ਨਜਾਤ, ਸਾਡੀ ਸ਼ਿਫਾ, ਸਾਡੀ ਬਰਕਤ ਉਸੇ ਦਿਨ ਤੋਂ ਚਾਲੂ ਹੋ ਜਾਂਦੀ ਆ ਜਿਸ ਤਰ੍ਹਾਂ ਅਸੀਂ ਮੰਨ ਲੈਂਦੇ ਆ, ਜਿਸ ਤਰ੍ਹਾਂ ਅਸੀਂ ਯੇਸ਼ੂ ਨੂੰ ਜਾਣ ਲੈਂਦੇ ਆ, ਜਿਸ ਤਰ੍ਹਾਂ ਆਪਾਂ ਯੇਸ਼ੂ ਨੂੰ ਪਛਾਣ ਭੇਜਿਆ ਹੋਇਆ ਆ, ਉਹਦੇ ਉੱਤੇ ਸਾਡੀ ਬਰਕਤ ਆਣੀ ਕੀ ਹੋ ਜਾਂਦੀ ਹੈ। ਹਾਲੇਲੂਇਆ, ਤੁਹਾਡੀ ਬਰਕਤ ਆਉਣ ਦਾ ਕਾਰਨ ਕੀ ਸੀ? ਤੁਹਾਡਾ ਛੁਟਕਾਰਾ ਪਾਉਣ ਦਾ ਕਾਰਨ ਕੀ ਸੀ? ਕਿਉਂਕਿ ਤੁਸੀਂ ਨਾ ਤੁਹਾਨੂੰ ਏਲੀਆ ਗਿਆ, ਨਾ ਹੋਰ ਕੋਈ ਨਬੀ ਗਿਆ, ਬਲਕਿ ਤੁਸੀਂ ਉਹਨੂੰ ਇਹ ਗੱਲ ਕਹੀ ਕਿ ਯੇਸ਼ੂ ਮਸੀਹ ਪਰ ਤੇ ਆਪਣੇ ਪਾਪਾ ਤੋਂ ਮਾਫੀ ਮੰਗ ਲਈ, ਕਨਫੈਸ ਕਰ ਲਿਆ ਕਿ ਮੈਂ ਪਾਪੀ ਆ, ਤੇ ਖੁਦਾ ਤੂੰ ਮੇਰੇ ਪਾਪਾਂ ਦੇ ਲਈ ਇਸ ਧਰਤੀ ਦੇ ਉੱਤੇ ਕੀ ਆਪਣੀ ਕੀ ਦੇ ਦਿੱਤੀ ਜਾਣ ਬੋਲੀ। ਹਾਲੇਲੂਇਆ, ਸਮਝ ਆ ਰਹੀ ਗੱਲ ਜਾਂ ਨਹੀਂ? ਸਾਡਾ ਛੁਟਕਾਰਾ ਕਿੱਦਣ ਤੋਂ ਸ਼ੁਰੂ ਹੋ ਜਾਂਦਾ? ਜਿਸ ਦਿਨ ਤੋਂ ਆਪਾਂ ਕੀ ਮੰਨਣਾ ਕੀ ਕਰ ਦਿੰਦੇ ਆ, ਸ਼ੁਰੂ ਕਰ ਦਿੰਦੇ ਆ ਕਿ ਯੇਸ਼ੂ ਮਸੀਹ ਨੇ ਮੇਰੇ ਲਈ ਆਪਣੀ ਕੀ ਦੇ ਦਿੱਤੀ ਜਾਣ ਦੇ ਦਿੱਤੀ। ਜਲਦੀ ਦੇ ਨਾਲ ਪੜ੍ਹ ਕੇ ਜਾ ਕੇ ਖੁਦਾ ਦੇ ਪਾਕ ਵਚਨ ਨੂੰ ਖਤਮ ਕਰਾਂਗੇ। ਹੁਣ ਇਹ ਗੱਲ ਬਾਈਬਲ ਦੇ ਵਿੱਚ ਲਿਖੀ ਆ ਕਿ ਯੇਸ਼ੂ ਦੀ ਮੌਤ ਕਿੱਥੇ ਹੋਣੀ ਆ, ਕਬਰ ਤੇ ਕੀ ਹੋਣਾ, ਕਿੱਦਾਂ ਫੜੇ ਜਾਣਾ, ਕਿੱਦਾਂ ਫੜਾਏ ਜਾਣਾ, ਕੀ ਕੁਛ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਆਉਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ।
कई हजार साल पहला कई साल पहला यह गल नबियों के द्वारा की लिखिया गई। बाइबल में यह भी गल लिखी है एक ही चेलिया की करेगा एक जना की करेगा, यानी कि जो कुछ प्रभु यीशु मसीह दे नाल हो रहा है सारी कहानी पल्ला ही लिखी गई है। किन्ने दे विच वेचिया जाना, उस पैसे का की होएगा, उस पैसे दे नाल की किता जाएगा, किहड़ा बंदा होएगा, किहड़ा बंदा फड़ाएगा, की कुछ होएगा, सारा कुछ मेरा पहले ही की लिखा गया। तो यीशु मसीह नूं इह गल दा पता है कि मेरे नाल जो कुछ होण लई जाणा है उस सारियां गल्लां जिहड़ियां पहले की कर दित्तियां गईआं लिख। हुण जदों यीशु मसीह नूं फड़न दे लई आए, जदों यीशु मसीह गैतसमनी बाग विच प्रेयर कर रहा, इह चेयर लै के इंजर चेयर लै के, जदों यीशु मसीह गैतसमनी बाग विच प्रेयर कर रहे, तो बाइबल विच लिखिया जिदां लिखिया गया सी, योदा इस्करियोती आया, सिपाहियां दे नाल आया, ਤੇ ਯੇਸ਼ੂ ਮਸੀਹ ਦੇ ਲਾਗੇ ਗਏ। ਉਹਨਾਂ ਨੇ ਕਿਹਾ ਕਿ ਯੇਸ਼ੂ ਮਸੀਹ ਤੂੰ ਆ, ਤੇ ਉਹਨੇ ਕੀ ਕਿਹਾ, ਉਹਨੇ ਕੀ ਕਿਹਾ, ਯੇਸ਼ੂ ਨੇ ਕੀ ਕਿਹਾ, ਤੇ ਭੱਜ ਗਿਆ। ਹੁਣ ਸਾਡੇ ਕੋਲ ਸਿਪਾਹੀ, ਯੇਸ਼ੂ ਨੂੰ ਪਤਾ ਆ ਕਿ ਜਿਹੜੇ ਸਿਪਾਹੀ ਆ ਰਹੇ ਕੋਈ ਹਾਰ ਪਾਉਣ ਦੇ ਲਈ ਨਹੀਂ ਆ ਰਹੇ, ਇਹ ਮੈਨੂੰ ਕੀ ਕਰਨ ਆ ਰਹੇ ਆ, ਤਾਂ ਅਸੀਂ ਕੀ ਹੋ ਜਾਵਾਂਗੇ। ਜਦੋਂ ਮੈਨੂੰ ਪਹਿਲਾਂ ਇਹ ਗੱਲ ਦਾ ਪਤਾ ਕਿ ਮੇਰੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਛ ਹੋਣਾ ਆ, ਤੇ ਮੈਂ ਭੱਜ ਜਾਵਾਂਗਾ। ਪਰ ਬਾਈਬਲ ਦੇ ਵਿੱਚ ਲਿਖਿਆ, ਯੇਸ਼ੂ ਨੇ ਉਹਨਾਂ ਨੇ ਕਿਹਾ ਵੀ ਤੂੰ ਯੇਸ਼ੂ ਆ, ਉਹਨਾਂ ਨੇ ਕੀ ਕਿਹਾ, ਕਹਿੰਦਾ ਮੈਂ ਹੁਣ ਕੀ ਆ, ਕੀ ਕਿਹਾ, ਕੀ ਕਿਹਾ, ਮੈਂ ਹੀ ਹਾਂ, ਮੈਂ ਹੀ ਹਾਂ। ਜਿਹੜਾ ਸ਼ਬਦ ਬੋਲਣ ਦਾ ਫਿਰ ਗੱਲ ਨੂੰ ਸੁਣਿਓ, ਕੀ ਕਿਹਾ, ਮੈਂ ਹੀ ਹਾਂ, ਸੇਮ ਸ਼ਬਦ ਮੈਂ ਹੀ ਹਾਂ, ਤੇ ਕੂਚ ਦੀ ਕਿਤਾਬ ਦੇ ਵਿੱਚ ਦੇਖ ਸਕਦੇ ਜੇ। ਚਲੋ, ਖੁਦਾ ਨੇ ਕਿਹਾ, ਮੂਸਾ ਨੂੰ ਕਿਹਾ, ਜਾ ਓਏ ਮਿਸਰੀਆਂ ਵਿੱਚ ਜਾ, ਤੇ ਉਹਨਾਂ ਲੋਕਾਂ ਨੂੰ ਕਹਿ ਕਿ ਇਸਰਾਇਲੀਆਂ ਲੋਕਾਂ ਨੂੰ ਕੀ ਕਰ ਦਿਓ, ਛੱਡ ਦਿਓ। ਤੇ ਕਹਿੰਦਾ ਜੇ ਉਹਨਾਂ ਨੂੰ ਪੁੱਛਿਆ ਤੇ ਕੌਣ ਆ, ਤਾਂ ਉਹਨਾਂ ਨੂੰ ਕੀ ਕਹੀ, ਮੈਂ ਯਹੋਵਾ ਆ, ਮੈਂ ਹੀ ਹਾਂ। ਸੇਮ ਗੱਲ ਖੁਦਾ ਨੇ ਕਹੀ ਪੜਨ ਲਈ ਆਏ, ਯੇਸ਼ੂ ਮਸੀਹ ਨੇ ਸੇਮ ਗੱਲ ਕਹੀ, ਮੈਂ ਹੀ ਹਾਂ, ਮੇਰੇ ਤੋਂ ਕੋਈ ਪਹਿਲਾਂ ਨਹੀਂ ਆ, ਮੇਰੇ ਤੋਂ ਕੋਈ ਬਾਅਦ ਚੋਂ ਨਹੀਂ ਆ। ਇਹੋ ਗੱਲ ਉਹਨੇ ਕੂਚ ਦੀ ਕਿਤਾਬ ਦੇ ਵਿੱਚ ਕਹੀ, ਫਿਰ ਉਹਨੇ ਨਵੇਂ ਨਿਯਮ ਪਹਿਲਾਂ ਕੌਣ ਸੀ, ਯੇਸ਼ੂ ਨੇ ਕੀ ਕਿਹਾ, ਅਬਰਾਹਮ ਤੋਂ ਪਹਿਲਾਂ ਕੌਣ ਸੀ, ਉਹ ਲੋਕੀ ਕੀ ਹੋ ਗਏ, ਯੇਸ਼ੂ ਦੇ ਕੀ ਹੋ ਗਏ, ਜਾਣੀ ਕਿ ਕਹਿਣ ਦਾ ਮਤਲਬ ਯੇਸ਼ੂ ਮਸੀਹ ਸ਼ੁਰੂ ਤੋਂ ਹੀ ਕੋਈ ਨਵੇਂ ਨਿਯਮ ਦੇ ਵਿੱਚ ਉਹਦੀ ਐਂਟਰੀ ਨਹੀਂ ਹੋਈ, ਨਵੇਂ ਨਿਯਮ ਦੇ ਵਿੱਚ ਉਹਦੀ ਐਂਟਰੀ ਨਹੀਂ ਹੋਈ ਸ਼ੁਰੂ ਤੋਂ ਹੀ। ਬਾਈਬਲ ਵਿੱਚ ਲਿਖਿਆ ਇੱਕ ਵੀ ਚੀਜ਼ ਉਹਦੇ ਦੁਆਰਾ ਨਹੀਂ ਰਚੀ ਗਈ, ਸਾਰੀਆਂ ਚੀਜ਼ਾਂ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਕੀ ਹੋਈਆਂ, ਰਚੀਆਂ ਗਈਆਂ। ਹੁਣ ਜੋ ਇਹ ਗੱਲ ਕਹੀ, ਮੈਂ ਹੀ ਹਾਂ, ਬਾਈਬਲ ਦੇ ਵਿੱਚ ਲਿਖਿਆ ਜਦੋਂ ਯੇਸ਼ੂ ਮਸੀਹ ਨੇ ਇਹ ਗੱਲ ਕਹੀ, ਮੈਂ ਹੀ ਹਾਂ, ਇੱਕ ਅਨੋਇੰਟਿੰਗ, ਅਭਿਸ਼ੇਕ ਏਦਾਂ ਦਾ ਆਇਆ ਕਿ ਜਿਹੜੇ ਸਿਪਾਹੀ ਅੱਗੇ ਖਲੋਤੇ ਸੀ ਉਹ ਕੀ ਹੋ ਗਏ, ਕੀ ਹੋ ਗਏ, ਸਭ ਬੋਲੋ ਕੀ ਹੋ ਗਏ, ਇੱਕ ਅਨੋਇੰਟਿੰਗ ਏਦਾਂ ਦੀ ਨਿਕਲੀ। ਤੇ ਗੱਲ ਨੂੰ ਵੇਖੋ, ਸਿਰਫ ਖੁਦਾ ਨੇ ਅਜੇ ਕੁਛ ਨਹੀਂ ਕਿਹਾ, ਸਿਰਫ ਇੰਨੀ ਗੱਲ ਕਹੀ ਆ, ਮੈਂ ਹੀ ਹਾਂ, ਕੀ ਕਿਹਾ, ਕਿੰਨੀ ਪਾਵਰ ਨਿਕਲੀ, ਕਿੰਨੀ ਸਾਊਂਡ ਨਿਕਲੀ। ਜਿਹੜੇ ਸਿਪਾਹੀ ਫੜਨ ਲਈ ਆਏ ਆ ਉਹ ਵੀ ਕੀ ਹੋ ਗਏ, ਉਹ ਵੀ ਡਿੱਗ ਗਏ। ਕੀ ਹੋਇਆ, ਪ੍ਰਭੂ ਦਾ ਚੇਲਾ ਇੱਕ ਆਇਆ, ਉਹਨੇ ਇੱਕ ਸਿਪਾਹੀ ਦਾ ਕੰਮ ਨੂੰ ਕੀ ਕਰ ਦਿੱਤਾ। ਸੋ ਯੇਸ਼ੂ ਨੂੰ ਚਾਹੀਦਾ ਸੀ ਵੀ ਜਿਹੜੇ ਬਾਕੀ ਦੇ ਚੇਲੇ ਉਹਨਾਂ ਨੂੰ ਕਹੇ ਵੀ ਤੁਸੀਂ ਵੀ ਕੀ ਕਰੋ, ਲੜਾਈ ਕਰੋ, ਕਿਉਂਕਿ ਇਹ ਤੁਹਾਡੇ ਗੁਰੂ ਨੂੰ ਕੀ ਕਰਨ ਆਏ। ਪਰ ਯੇਸ਼ੂ ਨੇ ਉਹਨੂੰ ਕੀ ਕਿਹਾ,
तलवार नूं तूं बाहर ना कढ। इहदी जिहड़ी जगह आ इहदी जिहड़ी प्लेस तलवार दी उसे जगह ते घूमती कर, क्योंकि मैनूं पता मेरे नाल की होना ते मैं अपना काम पूरा कर रहा, तूं मेरे रस्ते दे विच रुकावट ना बना, तो मेरे रस्ते दे विच मेरी मंजिल हुण बिल्कुल की है, मेरी मंजिल नेड़े आ। हुण अज तो वो काम होना की हो गया, शुरू हो गया। ओके बाइबल विच देखदे आ, ਇੱਦਾਂ ਜਾਈ ਜਾ ਰਹੇ ਜਾਈ ਜਾ ਰਹੇ ਜਾਈ ਜਾ ਰਹੇ ਆ, ਪਿਲਾਤੋਸ ਦੇ ਕੋਲ ਗਏ, ਕਹਿੰਦਾ ਮੇਰੇ ਕੋਲ ਅਧਿਕਾਰ ਆ, ਮੈਂ ਚਾਹਾਂ ਤੇ ਤੈਨੂੰ ਕੀ ਆ, ਬੋਲੋ ਕੀ ਕਿਹਾ, ਪਿਲਾਤੋਸ ਨੇ ਕੀ ਕਿਹਾ, ਬੋਲੋ ਮੈਂ ਚਾਹਾਂ ਤੇ ਤੈਨੂੰ ਕੀ ਆ, ਕਹਿੰਦਾ ਤੇਰੀ ਗਲਤ ਫਹਿਮੀ ਆ, ਕਹਿੰਦਾ ਤੈਨੂੰ ਪਤਾ ਤੈਨੂੰ ਅਧਿਕਾਰ ਕਿਹਨੇ ਦਿੱਤਾ, ਕਿਹਨੇ ਦਿੱਤਾ, ਕਹਿੰਦਾ ਮੈਂ ਹੀ ਤੈਨੂੰ ਅਧਿਕਾਰ ਦਿੱਤਾ ਆ, ਕਹਿੰਦਾ ਲੱਗਦਾ ਤੂੰ ਪੁਰਾਣਾ ਨਿਯਮ ਨਹੀਂ ਪੜਿਆ, ਨਬੀਆਂ ਦੀਆਂ ਗੱਲਾਂ ਨਹੀਂ ਤੂੰ ਸੁਣੀਆਂ, ਇਹ ਤਾਂ ਗੱਲ ਕਰਨਾ ਨਬੀਆਂ ਨੇ ਕਹਿ ਦਿੱਤੀ ਸੀ ਕਿ ਸਾਰਾ ਕੁਛ ਇੱਦਾਂ ਕੀ ਹੈ, ਕਹਿੰਦਾ ਤੂੰ ਕੋਈ ਨਵੀਂ ਗੱਲ ਨਹੀਂ ਕਰ ਰਿਹਾ, ਕਹਿੰਦਾ ਜਿਹੜਾ ਅਧਿਕਾਰ ਦਿੱਤਾ ਕਹਿੰਦਾ ਮੇਰੇ ਵੱਲੋਂ ਤੈਨੂੰ ਕੀ ਹੈ, ਕਹਿੰਦਾ ਜੇ ਮੈਂ ਹੀ ਨਾ ਤੈਨੂੰ ਅਧਿਕਾਰ ਦਿੰਦਾ ਤਾਂ ਤੂੰ ਕੁਛ ਵੀ ਇੱਥੇ ਬਹਿਣ ਦੇ ਯੋਗ ਹੁਣ। ਅਗਲੀ ਗੱਲ ਜੇਕਰ ਆਪਾਂ ਦੇਖੀਏ, ਸਮਝ ਆ ਰਹੀ ਜਾਂ ਨਹੀਂ, ਜਿਹੜੀ ਆ ਉੱਥੋਂ ਹੀ ਆ ਰਹੀ ਆ, ਤਾਲੀ ਵਜਾਦੋ ਜੇ ਆ ਰਹੀ ਸਮਝ ਲੈ, ਹਾਲੇਲੂਯਾ। ਹੁਣ ਅੱਗੇ ਕੀ ਹੋਇਆ, ਹੁਣ ਉਸ ਜਗ੍ਹਾ ਦੇ ਉੱਤੇ ਇੱਕ ਤਿਉਹਾਰ ਮਨਾਇਆ ਜਾਂਦਾ ਆ, ਇੱਕ ਰੀਤੀ ਰਿਵਾਜ ਕਹਿ ਦੋ ਜਾਂ ਕੋਈ ਇਸ ਤਰ੍ਹਾਂ ਦੀ ਰਸਮ ਕਹਿ ਦੋ, ਕਿਸੇ ਮੁਜਰਮ ਨੂੰ ਕਿਸੇ ਕੈਦੀ ਨੂੰ ਕੀ ਕੀਤਾ ਜਾਂਦਾ, ਛੱਡਿਆ ਜਾਂਦਾ। ਹੁਣ ਬਾਈਬਲ ਦੇ ਵਿੱਚ ਲਿਖਿਆ, ਰਾਜ ਨੇ ਇਹ ਗੱਲ ਕਹੀ ਕਿ ਦੱਸੋ ਵੀ ਇੱਕ ਤਿਉਹਾਰ ਆ, ਚਲੋ ਜੇਕਰ ਤੁਸੀਂ ਕਹੋ ਕਿ ਆਪਾਂ ਕਿਸੇ ਨੂੰ ਛੱਡ ਦਈਏ, ਲੋਕਾਂ ਨੇ ਕੀ ਕਿਹਾ, ਇੱਕ ਬਰਬਾ ਕਰਕੇ ਇੱਕ ਡਾਕੂ ਨੂੰ ਤੁਸੀਂ ਕੀ ਕਰੋ, ਛੱਡ ਦਿਓ, ਇੱਕ ਬਰਬਾ ਕਰਕੇ ਇੱਕ ਡਾਕੂ ਨੂੰ ਤੁਸੀਂ ਕੀ ਕਰ ਦਵੋ, ਛੱਡ ਦਿਓ, ਤੇ ਇਹ ਜਿਹੜਾ ਯੇਸ਼ੂ ਆਣਾ ਇਹਨੂੰ ਤੁਸੀਂ ਕੀ ਕਰ ਲਓ, ਸਲੀਬ ਦਿਓ, ਕੀ ਹੋਇਆ, ਬਰੱਬਾ ਨੂੰ ਕੀ ਕਰ ਦੋ, ਛੱਡ ਦੋ, ਤੇ ਯੇਸ਼ੂ ਨੂੰ ਕੀ ਕਰ ਦੋ, ਸਲੀਬ ਦੇ ਦੋ, ਬਰੱਬਾ ਕੀ ਹੈ, ਪਾਪੀ ਗੁਨਾਹਗਾਰ, ਖੁਦਾ ਦੇ ਵਚਨ ਨੂੰ ਮੰਨਣ ਵਾਲਾ, ਖੁਦਾ ਨੂੰ ਜਾਣੀ ਜਾਣੀ। ਬਾਈਬਲ ਦੇ ਵਿੱਚ ਲਿਖਿਆ ਜਦੋਂ ਯੇਸ਼ੂ ਮਸੀਹ ਆਏ, ਪੁੱਛਿਆ ਗਿਆ ਲੋਕਾਂ ਨੂੰ, ਪੁੱਛਿਆ ਗਿਆ ਹਾਂ ਵੀ ਕਿਹਨੂੰ ਛੱਡ ਦਿੱਤਾ ਜਾਏ, ਫ੍ਰੀ ਕਿਹਨੂੰ ਕੀਤਾ ਜਾਏ, ਕਿਹਨੂੰ ਛੱਡ ਦਿੱਤਾ ਜਾਏ, ਲੋਕਾਂ ਨੇ ਕੀ ਕਿਹਾ, ਬਰੱਬਾ ਨੂੰ ਕੀ ਕਰ ਦੋ। ਹੁਣ ਜਦੋਂ ਬਰੱਬਾ ਨੂੰ ਛੱਡਣ ਲੱਗੇ, ਮੇਰੇ ਤੋਂ ਵੱਡਾ ਡਾਕੂ ਕਿਹੜਾ ਆ ਗਿਆ, ਮੈਂ ਇੰਨਾ ਕੁਛ ਕੀਤਾ, ਮੈਂ ਇੰਨਾ ਲੋਕਾਂ ਦਾ ਸਤਿਆਨਾਸ਼ ਕਰ ਦਿੱਤਾ, ਇਹ ਨਹੀਂ ਰਹਿਣ ਦਿੱਤਾ, ਉਹ ਨਹੀਂ ਰਹਿਣ ਦਿੱਤਾ, ਫਿਰ ਵੀ ਮੈਨੂੰ ਅੱਜ ਕੀ ਮਿਲ ਰਹੀ ਆ, ਫ੍ਰੀ ਹੋ ਰਿਹਾ, ਅੱਜ ਮੈਂ ਕੀ ਹੋ ਰਿਹਾ, ਆਜ਼ਾਦ ਕੀ ਹੈ ਮੈਂ ਹੋ ਰਿਹਾ। ਹੁਣ ਇੱਥੇ ਇੱਕ ਗੱਲ ਨੂੰ ਤੁਸੀਂ ਦੇਖੋ, ਇੱਕ ਬੰਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਕੈਦ ਦੇ ਵਿੱਚ ਬੰਨਿਆ ਪਿਆ, ਕਈ ਸਮਿਆਂ ਤੋਂ ਜੰਜੀਰਾਂ ਦੇ ਵਿੱਚ ਬੰਨਿਆ ਪਿਆ ਹੈ, ਉਹਨੂੰ ਇੱਕਦਮ ਕਹਿ ਦਿੱਤਾ ਜਾਏ ਫ੍ਰੀ ਆ, ਤੂੰ ਘਰ ਚਲਾ ਜਾ, ਹੁਣ ਇੱਥੇ ਸੇਫਟੀ ਆਪਣੇ ਆਪ ਨੂੰ ਰੱਖ, ਸਿਵ ਜੰਜੀਰਾਂ ਵਿੱਚ ਬੰਨੇ ਹੀ ਪਾਪ ਦੀ, ਅਸੀਂ ਵੀ ਗੁਲਾਮੀ ਦੇ ਵਿੱਚ ਸੀ, ਹਨੇਰੇ ਵਿੱਚ ਸੀ, ਕਈ ਤਰ੍ਹਾਂ ਦੇ ਗੁਨਾਹ ਅਪਰਾਧ ਕਰਦੇ ਆ, ਪਰ ਜਿਸ ਦਿਨ ਯੇਸ਼ੂ ਮਸੀਹ ਮੇਰੇ ਸਾਹਮਣੇ ਆ ਗਏ, ਜਿਸ ਦਿਨ ਯੇਸ਼ੂ ਮਸੀਹ ਮੇਰੇ ਸਾਹਮਣੇ ਖੜੇ ਹੋ ਗਏ, ਯੇਸ਼ੂ ਨੇ ਕਹਿ ਦਿੱਤਾ ਕਿ ਇਸ ਪਰਿਵਾਰ ਨੂੰ ਤੁਸੀਂ ਕੀ ਕਰ ਦੋ, ਫ੍ਰੀ ਕਰ ਦੋ, ਇਹਦੇ ਬਦਲੇ ਮੈਨੂੰ ਕੀ ਕਰ ਦੋ। ਆ ਯੇਸ਼ੂ ਮਸੀਹ ਨੇ ਹਰ ਇੱਕ ਪਰਿਵਾਰ ਦੇ ਬਦਲੇ ਉਹਨੇ ਆਪਣੇ ਆਪ ਨੂੰ ਕੀ ਕੀ ਕਰ ਦਿੱਤਾ, ਮੈਨੂੰ ਪਿੱਛੇ ਕਰਕੇ, ਮੈਨੂੰ ਆਸ਼ੀਸ਼ ਦੇ ਕੇ, ਮੈਨੂੰ ਛੁਟਕਾਰਾ ਦੇ ਕੇ, ਮੈਨੂੰ ਬਰਕਤ ਦੇ ਕੇ, ਮੈਨੂੰ ਜੇਲ੍ਹ ਵਿੱਚੋਂ ਆਜ਼ਾਦ ਕਰਕੇ, ਆਪਣੇ ਸਾਰੇ ਦੁੱਖ ਤਕਲੀਫਾਂ, ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਉਹਨੇ ਕੀ ਕਰ ਲਈਆਂ, ਜੋ ਯੇਸ਼ੂ ਮਸੀਹ ਫੜਿਆ ਗਿਆ,
कारण की ही रब्बर ने जिहड़े डाकू दे पाप अपराध मुश्किल परेशानी जो कुछ भी होता सी यीशु मसीह ने सारा कुछ कर दिता। हुण प्रभु दे लई चंगा दिन होया जां नहीं होया? जिन्हों अज ही कह दिता जाए कि तेरा सारा कुछ माफ आ, तू अपने घर दे विच चला जाए, चला जा, उहदे लई खुशी का दिन होवेगा नहीं होवेगा? शुक्रवार सानू पता लग जाए कि तुहाडे पाप माफ हो गए, तुहाडियां बीमारियां माफ हो गईआं, तुहाडे कर्जे माफ हो गए, तुहाडे दुख किसे ने चुक लिया, तुहाडियां परेशानियां किसे ने चुक लिया, तुहाडे लई खुशी का दिन होएगा या नहीं होएगा? हुण पता लगा गुड फ्राइडे क्यों मनांदे? बोलो दिखो पागी, हुण पता लगा गुड फ्राइडे क्यों मनांदे आ? जिदो ब्रह्मा दे लई सब कुछ यीशु ने चुक लिया, उसे तरह साडे लई भी यीशु उसने सब कुछ किया। ब्रह्मा नूं भी कहा आराम दे नाल घर चल जा, कहा कुछ उन्हें, उन्हें क्या